ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਤੋਂ ਫਿਰ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਐਵਰੀ ਟਾਈਮ ਸਟੱਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ 2364 ਅਸਾਮੀਆਂ 808 ਦੇ ਸੈਕੰਡ ਪੇਪਰ ਨੂੰ ਲੈ ਕੇ ਜਿਹੜੀਆਂ ਭਰਤੀ ਕੀਤੀ ਜਾ ਰਹੀ ਹੈ ਉਸ ਤੇ ਸਬੰਧ ਨਾਲ ਸਿੱਖਿਆ ਵਿਭਾਗ ਵੱਲੋਂ ਦੋ ਨੋਟਿਸ ਨਵੇਂ ਨੋਟਸ ਆਏ ਨੇ ਤਾਂ ਪੇਪਰ ਤੋਂ ਪਹਿਲਾਂ ਦੋਨੇ ਨੋਟਸ ਬਾਰੇ ਜਨਣਾ ਤੁਹਾਡੇ ਲਈ ਬੇਤ ਜਰੂਰੀ ਹੈ ਤਾਂ ਇਸ ਲਈ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ ਨੋਟੀਫਿਕੇਸ਼ਨ ਦੀ ਫਿਰ ਗੱਲ ਕਰਾਂਗੇ ਦੂਸਰੇ ਦੀ ਤਾਂ ਸਭ ਤੋਂ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਦੇਖ ਲੋ ਜੀ ਤਾਂ ਇਸ ਚ ਇਹਨਾਂ ਨੇ ਕਿਹਾ ਜੀ ਐਸਟੀ ਬੋਰਡ ਵੱਲੋਂ ਕਿਹਾ ਗਿਆ ਜੀ ਕਿ ਜਿਹੜਾ ਆਪਣਾ 29 ਤਰੀਕ ਨੂੰ 29 ਨਵੰਬਰ ਨੂੰ ਇਹ ਡੀਟੀ ਦਾ ਸੈਕੰਡ ਪੇਪਰ ਹੋਣਾ ਸੀ ਆਪਣਾ ਜਿਹੜਾ 29 ਨਵੰਬਰ ਨੂੰ ਤਾਂ ਉਸ ਦੇ ਸਬੰਧ ਨਾਲ ਸੋਸ਼ਲ ਮੀਡੀਆ ਤੇ ਉਸ ਦੇ ਸਬੰਧ ਨਾਲ ਸੋਸ਼ਲ ਮੀਡੀਆ ਤੇ ਕਿ ਇੱਕ ਫੇਕ ਨਿਊਜ਼ ਫੈਲਾਈ ਜਾ ਰਹੀ ਆ ਇੱਕ ਵਾਇਰਲ ਕੀਤਾ ਜਾ ਰਿਹਾ ਨੋਟਸ ਵਾਇਰਲ ਕੀਤਾ ਜਾ ਰਿਹਾ ਜਿਹੜਾ ਕਿ ਇੱਕ ਜਾਲੀ ਨੋਟਿਸ ਆ ਇਹ ਬੋਰਡ ਵੱਲੋਂ ਕਿਹਾ ਗਿਆ ਜੀ ਕਿ ਉਹ ਨੋਟਿਸ ਹੈ ਜਾਲੀ ਨੋਟਿਸ ਆ ਉਸ ਨੋਟਿਸ ਚ ਕੀ ਹੈਗਾ ਜੀ ਕਿ ਜਿਹੜਾ ਡੀਟੀ ਦਾ ਸੈਕੰਡ ਪੇਪਰ ਆ ਜਿਹੜਾ 29 ਨਵੰਬਰ ਨੂੰ ਹੋਣਾ ਸੀ ਉਹ ਪੂਰੀ ਡੇਟ ਐਕਸਟੈਂਡ ਕੀਤੀ ਗਈ ਆ ਜੋ ਕੈਨਸਲ ਕਰਤਾ ਗਿਆ ਤਾਂ ਇਸ ਦੇ ਸਬੰਧ ਨਾਲ ਕਾਫੀ ਜ਼ਿਆਦਾ ਜਿਹੜੀ ਇੱਕ ਨਿਊਜ਼ ਆ ਉਹ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਜੋ ਕਿ ਫੇਕ ਨਿਊਜ਼ ਆ ਤਾਂ ਇਹ ਬੋਰਡ ਨੇ ਖੁਦ ਆਪਣੇ ਵੱਲੋਂ ਕਿਹਾ ਤਾਂ ਅੱਗੇ ਤੁਸੀਂ ਪੜ੍ਹ ਸਕਦੇ ਹੋ ਦੇਖੋ ਜੀ ਕਿ ਇਸ ਲਈ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 29/11/2020 ਦਿਨ ਐਤਵਾਰ ਨੂੰ ਨਿਰਧਾਰਿਤ ਸਮੇਂ ਅਨੁਸਾਰ 2364 EDRD ਦੇ ਅਪਕਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਲਿਖਤੀ ਟੈਸਟ ਲਿਆ ਜਾਵੇਗਾ ਤਾਂ ਹਨ ਕਿਹਾ ਜੀ ਕਿ ਜਿਹੜਾ ਤੁਹਾਡਾ ਐਡਮਿਟ ਕਾਰਡ ਆ ਉਸ 'ਚ ਨਤੀ ਦਿਗ ਨੂੰ ਹੀ ਐਤਵਾਰ ਨੂੰ ਜਿਹੜਾ ਤੁਹਾਡਾ ਸਮਾਂ ਦਿੱਤਾ ਗਿਆ ਤੇ ਜਿਹੜਾ ਤੁਹਾਡਾ ਐਗਜ਼ਾਮ ਸੈਂਟਰ ਦਿੱਤਾ ਗਿਆ ਉਸ ਦੇ ਅਕੋਰਡਿੰਗ ਤੁਹਾਡਾ ਉੱਥੇ ਐਗਜ਼ਾਮ ਲਿਆ ਜਾਵੇਗਾ ਤੇ ਇਸ ਲਈ ਸਾਰੇ ਉਮੀਦਵਾਰਾਂ ਨੇ ਆਪਣਾ ਟਾਈਮ ਤੇ ਆਪਣੇ ਐਗਜ਼ਾਮ ਸੈਂਟਰ ਪਹੁੰਚਣ ਦੀ ਆਪਣੇ ਆਪਣੇ ਐਗਜ਼ਾਮ ਸੈਂਟਰ ਪਹੁੰਚਣਾ ਜੀ ਕਿਉਂਕਿ ਜਿਹੜਾ ਆਪਣਾ ਇਟਸ ਸੈਕੰਡ ਪੇਪਰ ਆਏ ਕੱਲ ਹੀ ਹੋਣ ਵਾਲਾ 29 ਨਵੰਬਰ ਨੂੰ ਤਾਂ ਇਹ ਸੀ ਆਪਣਾ ਜੀ ਪਹਿਲਾ ਨੋਟੀਫਿਕੇਸ਼ਨ ਜਿਹੜਾ ਸਿੱਖਿਆ ਭਾਗ ਵੱਲੋਂ ਆਸੀ ਹੁਣ ਗੱਲ ਕਰਦੇ ਆਪਾਂ ਦੂਸਰੇ ਜਿਹੜਾ ਨੋਟੀਫਿਕੇਸ਼ਨ ਹੈ ਉਹ ਕੀ ਨੋਟੀਫਿਕੇਸ਼ਨ ਹੈ ਇਸ ਬਾਰੇ ਗੱਲ ਕਰਦੇ ਹਾਂ ਹੁਣ ਗੱਲ ਕਰਦੇ ਹਾਂ ਸੈਕੰਡ ਨੋਟਿਸ ਦੀ ਸੈਕੰਡ ਨੋਟਿਸ ਦੇਖ ਲਓ ਜੀ ਤੁਹਾਨੂੰ ਮੇਨਲੀ ਗੱਲ ਦੱਸ ਦਿੰਦਾ ਨੇ ਜੀ ਇਸ ਚ ਕੀ ਕਹਿ ਗਿਆ ਤਾਂ ਇਸ ਚ ਕੀ ਹੈਗਾ ਜੀ ਕਿ ਜਿਹੜੇ ਕੈਂਡੀਡੇਟਸ ਦਾ ਐਡਮਿਟ ਕਾਰਡ ਤੇ ਮਾਤਾ ਗੁਜਰੀ ਕਾਲਜ ਫੋਰ ਊਮਨ ਜ਼ਿਲ੍ਹਾ ਸੰਗਰੂਰ ਆਇਆਗਾ ਤਾਂ ਉਹਨਾਂ ਨੇ ਮਾਤਾ ਗੁਜਰੀ ਕਾਲਜ ਫੋਰ ਊਮਨ ਕਾਲਜ 'ਚ ਨਹੀਂ ਜਾਣਾ ਉਹਨਾਂ ਨੇ ਕਿੱਥੇ ਜਾਣਾ ਜੀ ਉਹਨਾਂ ਨੇ ਜਾਣਾ ਮਾਤਾ ਗੁਜਰੀ ਕਾਲਜ ਆਫ ਐਜੂਕੇਸ਼ਨ ਬਡਰੁਖਾ ਸੰਗਰੂਰ ਤਾਂ ਉਹਨਾਂ ਨੇ ਇੱਥੇ ਪਹੁੰਚਣਾ ਜੀ ਦੁਬਾਰਾ ਫੇਰ ਰਿਪੀਟ ਕਰ ਰਹੇ ਹਾਂ ਜੀ ਕਿ ਕੁਝ ਕੈਂਡੀਡੇਟਸ ਦੇ ਜਿਹੜਾ ਐਡਮਿਟ ਕਾਰਡ ਆ ਉਸ 'ਚ ਲਿਖਿਆ ਹੋਇਆ ਜੀ ਮਾਤਾ ਗੁਜਰੀ ਕਾਲਜ ਫਾਰ ਊਮਨ ਤਾਂ ਉਹ ਇਸ ਨੂੰ ਮਾਤਾ ਗੁਜਰੀ ਕਾਲਜ ਫਾਰ ਊਮਨ ਨਾ ਪੜਨ ਉਹਨੂੰ ਬਲਕਿ ਪੜਨ ਮਾਤਾ ਗੁਜਰੀ ਕਾਲਜ ਆਫ ਐਜੂਕੇਸ਼ਨ ਮਾਤਾ ਗੁਜਰੀ ਆਫ ਕਾਲਜ ਕਾਲਜ ਮਾਤਾ ਗੁਜਰੀ ਕਾਲਜ ਆਫ ਐਜੂਕੇਸ਼ਨ ਬਡਰੁਖਾ ਸੰਗਰੂਰ ਤੁਸੀਂ ਇੱਥੇ ਪਹੁੰਚਣ ਦੀ ਫਿਚੀਲਾ ਕਰਨੀ ਆ ਆਪਣਾ ਆਪਣਾ ਟਾਈਮ ਤੇ ਪਹੁੰਚਿਓ ਏਸੀਜੀ ਈਟੀਟੀ ਦੇ 2364 ਸਾਮੀਆਂ ਲੈ ਕੇ ਦੋ ਨਵੇਂ ਨੋਟੀਫਿਕੇਸ਼ਨ ਤੇ ਕੈਂਡੀਡੇਟਸ ਨੂੰ ਰਿਕਵੈਸਟ ਕਰੂੰਗਾ ਜੀ ਕਿ ਆਪਣਾ ਆਪਣਾ ਜਿਹੜਾ ਤੁਹਾਡਾ ਐਗਜ਼ਾਮ ਸੈਂਟਰ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਤੁਹਾਡਾ ਜਿਹੜਾ ਐਗਜ਼ਾਮ ਸੈਂਟਰ ਆ ਕਿੱਥੇ ਆਇਆਗਾ ਤੇ ਨਾਲ ਆਪਦਾ ਲੋਕੇਸ਼ਨ ਦੱਸਿਓ ਵੀ ਕਿਹੜੇ ਸਕੂਲ ਚ ਆਇਆ ਕਿਹੜੇ ਕਾਲਜ ਚ ਆ ਤਾਂ ਇਹ ਦੱਸਣ ਦੀ ਥੋੜੀ ਖੇਚਲਾ ਕਰੋ ਜੀ ਤਾਂ ਕਿ ਕਈ ਵਾਰ ਕੋਈ ਦੋ ਕੈਂਡੀਡੇਟਸ ਦਾ ਉਸ ਦਾ ਇੱਕੋ ਸੈਂਟਰ ਮਿਲਦਾ ਹੁੰਦਾ ਤਾਂ ਉਹ ਆਪਸ ਚ ਆਉਣ ਜਾਣ ਚ ਕਈ ਵਾਰ ਕਿਸੇ ਨੂੰ ਇੱਕ ਇੱਕ ਦੂਸਰੀ ਦੀ ਹੈਲਪ ਦੀ ਲੋੜ ਪੈ ਜਾਂਦੀ ਆ ਇਸ ਲਈ ਕਰਿਆ ਕਮੈਂਟ ਕਰਕੇ ਆਪਣਾ ਆਪਣੇ ਆਪਣੀ ਜਿਹੜੀ ਲੋਕੇਸ਼ਨ ਆ ਐਗਜ਼ਾਮ ਸੈਂਟਰ ਆ ਉਹ ਜਰੂਰ ਦੱਸਿਓ ਜੀ ਉਮੀਦ ਕਰਦਾ ਵੀਡੀਓ ਲੱਗੀ ਹੋਊ ਚੰਗੀ ਲੱਗੀ ਹੋਊ ਜੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ